फिलहाल रेलवे स्टेशन सामने बाजार के मोड़ ते एक पान सिरगटां दी दुकान नूं चोरां ने दूजी बार बनाया निशाना। दुकान दे मालिक रोहित पासी ने दस्या के बीती रात शटर तोड़ के दो चोरां ने अंदर वड़ के एक तो डेढ़ लख दे करीब सिरगटां बीड़ियां अते होर कीमती समान लै गए। चोरी बारे मैनू सवेरे पता लगा, महंगे भा दियां सिरगटां दे डब्बे छन। चोरां दियां फोटोआं शटर भांदियां दियां सीसीटीवी कैमरे विच कैद हो गईआं। यह भी दस्या गया कि चोरां ने थोड़ा समा पहला भी मेरी दुकान नूं निशाना बनाया सी। पुलिस नूं रिपोर्ट दर्ज करवाई, बहुत बार चक्कर लगवाए पर कुछ हथ पले नहीं पिया। मौके ते पहुंचे थाना फलौर दे एएसआई विजय कुमार नाल गलबात कीती तां उन्होंने कहा कि सीसीटीवी कैमरे दियां फोटोज खंगार रहे हां, चोरां नूं जल्द तो जल्द काबू करके उन्हां विरुद्ध कार्रवाई की जाएगी। फलौर तो राजकुमार नंगल ते विजय मान की खास रिपोर्ट। लिंक नूं लाइक ते शेयर करो। नाम रोहित पासी आ जी, ये रात दो तो ढाई बजे चोरी हुई है। हाँ जी। पौने पांच बजे जो सैर कर आया उदो देखिया की लगाया, किन्ने का नुकसान हो गया? कोई पहला नुकसान इस बार सिगरट सवा पौने एक लख सवा लख दे विच विच, इस बार उपरों भी खाने खाली हुए आ। हाँ जी। थोड़ा निशाना उन्होंने ज्यादा सी इस बार, ਉਹੀ ਬੰਦੇ ਲੱਗਦੇ ਨੇ ਮੈਨੂੰ, ਉਹਨਾਂ ਦੇ ਹੀ ਬੰਦੇ ਲੱਗਦੇ ਨੇ। ਕੱਲੇ ਸਿਗੜੇ ਲਗਾਏ, ਹੋਰ ਕੀ ਕੀ ਲਗਾਇਆ? ਸਿਗੜ ਤੇ ਬੀੜੀ ਸਰ। ਸਿਗੜ ਬੀੜੀ ਲਗਾਏ ਆ। ਤੇ ਜਿੱਦਾਂ ਪਹਿਲੇ ਵੀ ਤੁਸੀਂ ਦੱਸ ਰਹੇ, ਪਹਿਲਾਂ ਵੀ ਦੂਸਰੀ ਵਾਰ ਚੋਰੀ ਹੋ ਗਈ, ਪਹਿਲੇ ਵੀ ਹੋਈ, ਹੁਣ ਫੇਰ ਹੋ ਗਈ? ਹਾਂਜੀ। ਤੁਸੀਂ ਕੀ ਪ੍ਰਸ਼ਾਸਨ ਨੂੰ ਤੁਸੀਂ ਇਹਦੇ ਬਾਰੇ ਜਾਣਕਾਰੀ ਦਿੱਤੀ? ਪਹਿਲਾਂ ਵੀ ਦਿੱਤੀ ਸੀ, ਹੁਣ ਵੀ ਦਿੱਤੀ ਆ। ਉੱਥੇ ਜਾ ਕੇ ਧੱਕੇ ਖਾਣ ਨੂੰ ਮਿਲਦੇ ਆ, ਜਾ ਕੇ ਬੈਠੀ ਦਾ ਬਹਿ ਕੇ ਆ ਜੀਦਾ। ਮਤਲਬ ਕੋਈ ਪ੍ਰਸ਼ਾਸਨ ਕੋਲ ਪੁਖਤਾ ਕੋਈ ਪ੍ਰਬੰਧ ਨਹੀਂ ਹੈਗਾ ਚੋਰੀਆਂ? ਕੋਈ ਨਹੀਂ ਆ ਜੀ। ਜਾਂ ਕੋਈ ਕਵੇ ਜੀ ਬਸ ਸਾਨੂੰ ਕੈਮਰੇ ਦੀ ਫੋਟੋ ਦੇ ਦਿਓ, ਕੈਮਰੇ ਦੀ ਫੋਟੋ ਦੇ ਦਿਓ, ਹੋਰ ਕੋਈ ਹਾਲ ਨਹੀਂ ਗਾ। ਕੀ ਕੈਮਰੇ ਦੇ ਫੋਟੋ ਚ ਆਏ ਆ? ਹਾਂਜੀ ਆਏ ਆ ਜੀ। ਕਿੰਨੇ ਬੰਦੇ ਆ? ਦੋ ਬੰਦੇ ਆ ਜੀ। ਦੋ ਬੰਦੇ ਕੀ ਮੰਗ ਕਰਦੇ ਪ੍ਰਸ਼ਾਸਨ? ਪ੍ਰਸ਼ਾਸਨ ਨੂੰ ਇਹ ਕਹਿੰਦੇ ਜੀ ਐਫਆਰਆਈ ਕਰੋ, ਬੰਦਿਆਂ ਨੂੰ ਚੱਕੋ, ਫੋਨ ਟ੍ਰੇਸ ਕਰੋ। ਜੇ ਕੋਈ ਹੱਲ ਕਰਨਾ ਨਹੀਂ ਤਾਂ ਸਾਨੂੰ ਉੱਥੇ ਬਿਠਾ ਕੇ ਹਫਤਾ ਦਿਨ ਬਾਅਦ ਰਹਿ ਗਏ, ਸਾਨੂੰ ਉੱਥੇ ਹਫਤਾ ਦਸ ਦਿਨ ਘੜਾ ਕੇ ਮੁੜ ਕੇ ਆਪ ਇਹਦੀ ਆਪ ਹੀ ਸੋਚੀ ਦਾ ਹੁਣ ਕੋਈ ਫਾਇਦਾ ਨਹੀਂ ਜਾਣਦਾ, ਵੀ ਆਪਣਾ ਕੰਮ ਹੀ ਕਰੀਏ। ਜਿਹੜੀ ਪ੍ਰਸ਼ਾਸਨ ਕੋਲ ਆ ਕੇ ਚੁੱਕੇ ਆ? ਬਿਲਕੁਲ ਆ ਕੇ ਚੁੱਕੇ ਆ। ਇਹ ਦੂਸਰੀ ਵਾਰ ਹੋਈ ਹੈ ਜੀ। ਪਹਿਲਾਂ ਵੀ ਇਧਰਲਾ ਸ਼ਟਰ ਬਾਜ਼ਾਰ ਵਾਲਾ ਤੋੜਿਆ ਸੀਗਾ, ਹੁਣ ਇਧਰ ਮੇਨ ਰੋਡ ਵਾਲਾ ਤੋੜਿਆ ਜੀ। ਇਹ ਵਾਰਦਾਤਾਂ ਬਹੁਤ ਹੋ ਰਹੀਆਂ, ਇਹ ਨਸ਼ਾ ਬਹੁਤ ਵਧਿਆ ਹੋਇਆ ਫਲੋਰ ਦੇ ਵਿੱਚ ਜੀ। ਹਾਂਜੀ। ਇੱਥੇ ਬਾਬੂ ਰਾਮ ਦੀ ਸਾਹਮਣੇ ਕੈਨੀ ਦੁੱਧ ਵਾਲੀ ਪਈ ਸੀ ਭਰੀ, ਉਹ ਚੁੱਕ ਕੇ ਲੈ ਗਿਆ ਜੀ। ਠੀਕ ਹੈ ਜੀ। ਹੋਰ ਬਹੁਤ ਵਾਰਦਾਤਾਂ ਹੁੰਦੀਆਂ, ਕੋਈ ਮੋਟਰਸਾਈਕਲ ਚੁੱਕ ਕੇ ਲੈ ਜਾਂਦਾ, ਕੋਈ ਐਕਟਿਵਾ ਚੁੱਕ ਕੇ ਲੈ ਜਾਂਦਾ ਜੀ। ਇੱਕ ਤੜਕੇ ਆਪਣੇ ਰੋਹਿਤ ਪਾਸੀ ਦਾ ਫੋਨ ਆਇਆ ਕਿ ਉਹਦੀ ਦੁਕਾਨ ਤੇ ਪਾਨ ਸਿਗਰਟਾਂ ਦੀ ਦੁਕਾਨ ਆ, ਜਿਹਦਾ ਸ਼ਟਰ ਟੁੱਟਾ ਹੋਇਆ। ਜੋ ਅਸੀਂ ਮੌਕੇ ਤੇ ਗਏ ਆ, ਜੋ ਦੇਖਿਆ ਸਿਗਰਟਾਂ ਵਗੈਰਾ ਕੋਈ ਡੱਬੀਆਂ ਥੋੜਾ ਵਿੱਚੋਂ ਹੋਇਆ, ਚੋਰੀ ਹੋਇਆ, ਪਰ ਉਹਨੇ ਅਸੀਂ ਕੋਈ ਵੀ ਆਪਣਾ ਬਿਆਨ ਜਾਂ ਕੰਪਲੇਂਟ ਨਹੀਂ ਦਿੱਤੀ ਹੈਗੀ। ਇਨਫੋਰਮੇਸ਼ਨ ਮਿਲੀ ਸੀਗੀ, ਮੌਕਾ ਦੇਖ ਕੇ ਆਏ।